نحمده ونسلي على رسوله الكريم الله أعوذ بالله من الشيطان الرجيم بسم الله الرحمن الرحيم میرے دوستو اسی تمام لوگ ایتھے حضور دے ذکر واسطے اکٹھے ہوئے ہیں ٹھیک ہے اے غنود کی اے نیند نو دور کر دو تے اپنی پوری توجہ میرے وال رکھ رہی ہے ٹھیک ہے ایتھے کسے اسی عام ہستی دی گل کرن نہیں آئے اسی کملی والے دی گل کرن آئے توجہ دے نال ایتھے حضور دے ذکر دا ہی بلند فرمانا ہے اولیاء اللہ دے ذکر نو بلند فرمانا ہے سب تو پہلے درود و سلام میرے امام الانبیاء تھے خاتم النبیین تھے میرے آقا و مولا تھے الصلاۃ والسلام تسی بیٹھے ہو اس طرح دے محفل نال میں گفتگو نہیں کرتا تانوں ذرا ایکٹیو ہونا پے گا تاکہ جدو حافظ صاحب نعرہ لوان دا بھرپور جواب آئے ٹھیک ہے میں کہا درود و سلام پڑھو تسی سوتے تے سوتے ہو درود و سلام پڑھو تے بلند آواز چ پڑھو سب تو پہلے سرکار دی آل ہی پہچان سرکار دی ذات سب تو پہلے سرکار دی آل ہی پہچانتی ہے آل دے پلوں گے تے سرکار تک پہنچ گئے پہلے سرکار دی آل نو پھڑ لو پھر اس تو بعد سرکار نو پلا پڑیا نسبت ضروری ہے نسبت ضروری ہے تقریر دا آغاز ہی اس ہوئے گا نسبت کی چیز ہے بڑی دیر تو بعد بلی دا لقب دیتا سی کلینک سی میں جانا تھا کرسی توڑ جانے سن اس محبت نے سکیدت نے بندے کسی تک کتنا پہنچا دیتا میرا تعارف میری پہچان کوئی ڈاکٹر ہونا نہیں کوئی پیر زادہ ہونا نہیں میرا تعارف میری پہچان یہی ہے کہ میں حضور دا غلام گل ہوئی پہلے نسبت تو نسبت ہے صدیق اکبر دی سی نسبت ہے سی تے عمر فاروق دی سی نسبت ہے تے عثمان غنی دی سی نسبت ہے تے مولا علی پاک ٹھیک ہے این جی نسبت سی حضور تے ایک بڑے خوبصورت صاحب دی حضرت سراقہ بن مالک دی حضرت سراقہ صحابہ کرام تمام سارے اکٹھے سن حضور دے نال کاف دے وچ سن قابل توجہ گل ہے تاکہ ذہناں نوں سن صاف کرن واسطے تاکہ ذہناں نوں کھولن واسطے میرے تالے لگے نہ خدا دا واسطہ نہ تالیاں نوں کھولو صحیح معنی اچ حضور دی ذات نوں پہچانو اسی پہچان کرانا ہے حضور دی آل نہیں حضور دی پہچان کرانی حضور قافلے چ سن حضرت سراقہ بن مالک نال سن تمام صحابہ نال سن حضور نے فرمایا سراقہ ایک وقت آئے گا
ਇੱਕ ਵਕਤ ਆਏਗਾ ਤੈਨੂੰ ਸੋਨੇ ਦੇ ਕੰਗਣ ਪਹਿਨਾਏ ਜਾਣਗੇ। ਮੇਰੇ ਆਕਾ ਮੌਲਾ ਨੇ ਫਰਮਾਇਆ ਇੱਕ ਵਕਤ ਆਏਗਾ ਤੈਨੂੰ ਸੋਨੇ ਦੇ ਕੰਗਣ ਪਹਿਨਾਏ ਜਾਣਗੇ। ਜਿਹੜਾ ਸਰਾਕਾ ਹੁਣ ਸਮਝ ਨਾ ਸਕੇ ਸਰਕਾਰ ਕਿੱਧਰ ਇਸ਼ਾਰਾ ਫਰਮਾ ਰਹੇ ਨੇ ਕਿ ਕੀ ਮਾਮਲਾ ਹੈ, ਕੀ ਮਾਜਰਾ ਹੈ ਕਿ ਮੈਨੂੰ ਸੋਨੇ ਦੇ ਕੰਗਣ ਪਹਿਨਾਏ ਜਾਣਗੇ। ਅਸਲ ਗੱਲ ਹੈ ਜਿੱਥੇ ਸਰਕਾਰ ਦੀ ਸੋਚ ਹੈ ਨਾ ਉੱਥੇ ਮੈਂ ਹੁਣ ਪਹੁੰਚ ਨਹੀਂ ਸਕਦਾ। ਜ਼ਿਕਰ ਰਸੂਲ ਹੋ ਰਿਹਾ, ਜ਼ਿਕਰ ਰਸੂਲ ਸਭ ਤੋਂ ਅਵਲ ਹੈ, ਸਭ ਤੋਂ ਪਹਿਲੇ ਨੇ ਮੈਂ ਅੱਗੇ ਦੱਸਾਂਗਾ ਵੀ ਕਿ ਜ਼ਿਕਰ ਰਸੂਲ ਦਾ ਕੀ ਮੁਕਾਮ ਹੈ। ਜੰਨਤ ਹੋਣ ਦੀ ਅਗਰ ਗਰੰਟੀ ਹੈ ਨਾ, ਜੰਨਤੀ ਅਗਰ ਬਣਨਾ ਤੇ ਜੰਨਤ ਚ ਜਾਣਾ ਤੇ ਜ਼ਿਕਰ ਰਸੂਲ ਪਹਿਲੇ ਹੋਣਾ ਜ਼ਰੂਰੀ ਹੈ। ਨਮਾਜ਼, ਰੋਜ਼ੇ, ਹਜ, ਜ਼ਕਾਤ ਇਹ ਸਭ ਬਹੁਤ ਪਿੱਛੇ ਦੀਆਂ ਚੀਜ਼ਾਂ ਨੇ, ਪਹਿਲੇ ਮੇਰੇ ਆਕਾ ਦੀ ਮੁਹੱਬਤ, ਮੇਰੇ ਆਕਾ ਦਾ ਇਸ਼ਕ, ਮੇਰੇ ਆਕਾ ਦੀ ਅਕੀਦਤ ਸੀਨੇ ਚੋਣਾ। ਠੀਕ ਹੈ, ਮੈਂ ਕਿਹਾ ਹਜ਼ੂਰ ਨੇ ਫਰਮਾਇਆ ਸਰਾਕਾ ਇੱਕ ਵਕਤ ਆਏਗਾ ਤੈਨੂੰ ਸੋਨੇ ਦੇ ਕੰਗਣ ਪਹਿਨਾਏ ਜਾਣਗੇ। ਵਕਤ ਲੰਘਦਾ ਗਿਆ, ਉਹ ਵਕਤ ਨਾ ਆਇਆ, ਹਜ਼ਰਤ ਅਬੂ ਬਕਰ ਸਦੀਕ ਦਾ ਦੌਰ ਖਿਲਾਫਤ ਲੰਘ ਗਿਆ, ਅੱਗੇ ਆਇਆ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੁ ਦਾ। ਤਮਾਮ ਅਹਿਬਾਬ ਨੂੰ ਮੈਂ ਉਹਨਾਂ ਦੇ ਵਿੱਚ ਇਜ਼ਾਫਾ ਕਰਨ ਜਾਂਦਾ ਕਿ ਜਦੋਂ ਉਮਰ ਫਾਰੂਕ ਦੇ ਦੌਰ ਚ ਕੈਸਰੋ ਕਸਰਾ ਫਤਿਹ ਹੋਏ ਸਨ, ਸਭ ਤੋਂ ਜ਼ਿਆਦਾ ਹੀਰੇ ਜਵਾਹਰਾਤ ਸੋਨਾ ਉੱਥੋਂ ਨਿਕਲਿਆ ਸੀ। ਅੱਜ ਉਹਨਾਂ ਨੂੰ ਇਰਾਕ, ਇਰਾਨ, ਉਸ ਇਲਾਕੇ ਦੇ ਉਸ ਰੀਜਨ ਚ ਆ ਜਾਂਦੇ ਨੇ, ਸਭ ਤੋਂ ਜ਼ਿਆਦਾ ਸੋਨਾ ਹੀਰੇ ਜਵਾਹਰਾਤ ਉਸ ਇਲਾਕੇ ਤੋਂ ਮਿਲੇ ਸਨ ਤੇ ਮਸਜਿਦ ਨਬੀ ਦੇ ਅੰਦਰ ਅੰਬਾਰ ਲੱਗ ਗਿਆ। ਸਰਕਾਰ ਨੇ ਕਿੱਥੇ ਫਰਮਾਇਆ 15 ਸਾਲ ਪਹਿਲੇ ਕਿ ਸਰਾਕਾ ਇੱਕ ਵਕਤ ਆਏਗਾ ਤੈਨੂੰ ਸੋਨੇ ਦੇ ਕੰਗਣ ਪਹਿਨਾਏ ਜਾਣ। ਫਾਰੂਕ ਦਾ ਦੌਰ ਆ ਗਿਆ, ਹੁਣ ਅੰਬਾਰ ਲੱਗ ਗਿਆ ਤੇ ਤੁਮਰੇ ਫਾਰੂਕ ਲੱਭ ਰਹੇ ਨੇ ਕਿ ਸੋਨੇ ਦੇ ਕੰਗਣ ਕਿੱਥੇ ਪਏ। ਆਖਰੀ ਹਿੱਸੇ ਚ ਦੇਖਿਆ ਉੱਥੇ ਸੋਨੇ ਦੇ ਕੰਗਣ ਪਏ ਸਨ। ਤੁਮਰੇ ਫਾਰੂਕ ਨੂੰ ਯਾਦ ਸੀ ਮੇਰੇ ਆਕਾ ਮੌਲਾ ਨੇ ਫਰਮਾਇਆ ਸੀ ਸਰਾਕਾ ਇੱਕ ਵਕਤ ਆਏਗਾ। ਆਪਨੇ ਉਸੇ ਵੇਲੇ ਹਜ਼ਰਤ ਉਮਰ ਫਾਰੂਕ ਨੇ ਪੈਗਾਮ ਭੇਜਿਆ ਤੇ ਸਰਾਕਾ ਵੱਲ, ਸਰਾਕਾ ਨੂੰ ਬੁਲਾਓ। ਸਰਾਕਾ ਨੇ ਅਰਜ਼ ਕੀਤੀ, ਅਮੀਰ ਉਲ ਮੋਮਿਨੀਨ ਤੁਸੀਂ ਮੈਨੂੰ ਯਾਦ ਫਰਮਾਇਆ ਕਿ ਬਿਲਕੁਲ ਇਸ ਸੋਨੇ ਦੇ ਕੰਗਣ ਤੇਰੇ ਵਾਸਤੇ ਆਏ, ਉੱਥੇ ਹੀ ਕੰਗਣ ਫੜੇ, ਉੱਥੇ ਹੀ ਪਹਿਨਾਉਣਾ ਸ਼ੁਰੂ ਕੀਤੇ ਗਿਆ। ਸਰਾਕਾ ਜਾ ਕਮਲੀ ਵਾਲੇ ਦੇ ਰੋਜ਼ੇ ਦੇ ਕੋਲ ਜਾ ਕੇ ਤੇਰੀਆਂ ਵੀ ਗੱਲ ਪੂਰੀ ਕਰ ਦਿੱਤੀ। ਮੈਂ ਗਲੇ ਫਾੜ ਕੇ ਤਕਰੀਰ ਕਰਨ ਦਾ ਆਦੀ ਨਹੀਂ ਹੈ, ਠੀਕ ਹੈ ਜੀ, ਮੇਰਾ ਲਹਿਜਾ ਸਮਝਾਉਣ ਵਾਲਾ, ਕਿਉਂ ਗਲੇ ਫਾੜ ਕੇ ਮੈਂ ਚਲਾ ਜਾਵਾਂ, ਸਮਝੋ ਤੁਸੀਂ ਇੱਕ ਸ਼ਹਿਰ ਆ ਤੇ ਮੈਨੂੰ ਕੀ ਫਾਇਦਾ ਹੈ। ਮੈਂ ਤਕਰੀਰ ਕਰੀਏ ਧੀਮੇ ਲਹਿਜੇ ਚ, ਨਰਮ ਲਹਿਜੇ ਚ, ਤਾਂ ਕਿ ਤੁਸੀਂ ਸਮਝੋ ਸ਼ਾਇਦ ਵਾਕਿਆ ਕਿਉਂ ਸੁਣਾਇਆ। ਤੁਮੇ ਫਾਰੂਕ ਨੇ ਉਦੋਂ ਫਰਮਾਇਆ ਸਰਾਕਾ ਇੱਕ ਕੰਗਣ ਤੈਨੂੰ ਮੈਂ ਪਹਿਨਾਉਣਾ ਤੇ ਜਾ ਕੇ ਰੋਜ਼ਾ ਰਸੂਲ ਦੇ ਅੱਗੇ ਕਿਹਾ ਯਾ ਸਰਕਾਰ, ਤੁਹਾਡੇ ਅਦਨਾ ਗੁਲਾਮ ਉਮਰ ਨੇ ਤੁਹਾਡਾ ਇਹ ਹੁਕਮ ਵੀ ਪੂਰਾ ਕਰ ਦਿੱਤਾ। ਇਸ ਤੋਂ ਸਾਬਿਤ ਹੋ ਗਿਆ ਹਜ਼ੂਰ ਹਾਲ ਨੂੰ ਵੀ ਜਾਣਦੇ ਨੇ, ਹਜ਼ੂਰ ਮਾਜ਼ੀ ਨੂੰ ਵੀ ਜਾਣਦੇ ਨੇ, ਹਜ਼ੂਰ ਆਉਣ ਵਾਲੇ ਵਕਤ ਯਾਨੀ ਫਿਊਚਰ। ਇਸ ਵਜ੍ਹਾ ਤੋਂ ਇਹ ਨਾ ਕਿਹਾ ਕਰੋ ਕਿ ਹਜ਼ੂਰ ਨੂੰ ਬਸ ਉਸ ਟਾਈਮ ਦਾ ਹੀ ਪਤਾ ਸੀ, ਠੀਕ ਹੈ ਨਾ, ਹਜ਼ੂਰ ਫਿਊਚਰ ਨੂੰ ਜਾਣਦੇ ਸਨ ਤੇ ਕਿੰਨੇ 15 ਸਾਲ ਪਹਿਲੇ ਫਰਮਾਨ ਦਾ ਸਰਾਕਾ ਹੀ ਵਕਤ ਆਏ, ਠੀਕ ਹੈ, ਯਾਨੀ ਮੇਰੇ ਆਕਾ ਓ ਮੌਲਾ ਨੂੰ ਇਲਮੇ ਗੈਬ ਸੀ। ਸਰਕਾਰ ਦੇ ਇਲਮੇ ਗੈਬ ਤੇ ਡਾਊਟ ਨਾ ਕਰੋ, ਫਿਰ ਠੀਕ ਹੈ ਨਾ, ਫਿਰ ਅੱਲਾਹ ਤਾਲਾ ਤੁਹਾਡੀ ਜੰਤੀ ਹੋਰ ਤੇ ਡਾਊਟ ਕਰ ਦੇਗਾ। ਅਕੀਦਾ ਹੋਣਾ ਚਾਹੀਦਾ ਕਿ ਸਰਕਾਰ ਹਾਜ਼ਰ ਨੇ, ਸਰਕਾਰ ਮੌਜੂਦ ਨੇ, ਸਾਨੂੰ ਸੁਣਦੇ ਪਏ ਨੇ, ਸਰਕਾਰ ਜਾਣਦੇ ਨੇ ਮਾਜ਼ੀ ਨੂੰ, ਹਾਲ ਨੂੰ, ਆਉਣ ਵਾਲੇ ਵਕਤ। ਇਹ ਗੱਲ ਹੈ ਨਿਸਬਤ ਦੀ, ਨਿਸਬਤ ਹੈ ਹੁਣ ਆਵਾਜ਼ ਹੁੰਦਾ ਹੈ, ਹੁਣ ਨਿਸਬਤ ਕੀ ਹੈ, ਨਿਸਬਤ ਇਹ ਚੀਜ਼ ਹੈ ਜੋ ਬਿਲਾਲੇ ਹਬਸ਼ੀ ਸੀ।
ਸਰਕਾਰ ਦੇ ਨਾਲ ਇਸ਼ਕ ਦੀ ਗੱਲ ਹੁੰਦੀ ਹੈ ਤਾਂ ਬਿਲਾਲ ਦਾ ਜ਼ਿਕਰ ਲਾਜ਼ਮੀ ਉਹ ਮਲਜ਼ੂਮ ਹੁੰਦਾ। ਠੀਕ ਹੈ, ਉਹ ਸਭ ਜਾਣਦੇ ਨੇ ਉਹਨਾਂ ਦਾ ਜਿਹੜਾ ਆਕਾ ਸੀ ਮੱਕੇ ਦੇ ਅੰਦਰ ਉਹ ਲਟਾਉਂਦਾ ਸੀ ਗਰਮ ਰੇਤ ਤੇ ਉੱਤੇ ਉਹ ਪੱਥਰ ਰੱਖਦਾ ਸੀ ਤੇ ਆ ਫਿਰ ਵੀ ਲਾ ਇਲਾ ਇਲਾ ਮੁਹੰਮਦ ਰਸੂਲ ਦਾ ਪੜ੍ਹਦੇ ਰਹਿੰਦੇ ਸਨ। ਇਹ ਮੁਹੱਬਤ ਸੀ, ਇਹ ਅਕੀਦਤ ਸੀ। ਹੁਣ ਸਰਕਾਰ ਨੇ ਕੀ ਦੱਸਿਆ ਇਹ ਹੁਣ ਕਿਸੇ ਨੂੰ ਨੀ ਪਤਾ। ਜਦੋਂ ਆਪ ਮਿਰਾਜ ਤੇ ਗਏ ਬਿਲਾਲ ਦੇ ਕਦਮਾਂ ਦੀ ਆਵਾਜ਼ ਜੰਨਤ ਦੇ ਵਿੱਚ ਵੀ ਆ ਰਹੀ। ਬਿਲਾਲ ਦੁਨੀਆਂ ਤੇ ਚੱਲਦੇ ਨੇ, ਕਦਮਾਂ ਦੀ ਆਵਾਜ਼ ਜੰਨਤ ਚ ਆ ਰਹੀ ਹੈ। ਹੈ ਤੇ ਹੋਇਆ ਹੈ ਤੇ ਹੋਇਆ, ਬਿਲਾਲ ਦੁਨੀਆਂ ਤੇ ਚੱਲ ਰਹੇ ਨੇ, ਕਦਮਾਂ ਦੀ ਆਵਾਜ਼ ਜੰਨਤ ਚ ਸੁਣ ਰਹੇ। ਕਿੱਥੇ ਮੇਰੇ ਸਰਕਾਰ, ਕਿੱਥੇ ਬਿਲਾਲ? ਯਾਨੀ ਮੇਰੇ ਸਰਕਾਰ ਜੰਨਤ ਚ ਕਹਿੰਦੇ ਨੇ, ਫਿਰ ਜੰਨਤ ਚ ਮਿਰਾਜ ਦੇ ਸਫ਼ਰ ਚ ਆਪਣੇ ਕੀ ਦੇਖਿਆ? ਇਹ ਅਕੀਦਤ ਹੋਣਾ ਜ਼ਰੂਰੀ ਹੈ। ਗੱਲ ਹੈ ਸਾਰੀ ਅਕੀਦਤ ਦੀ। ਇਹਨਾਂ ਨੂੰ ਖੋਲੋ, ਇਹ ਜੰਗ ਅਲੂਦ ਸੀ ਜਿਹੜੇ ਚੰਦ ਤੇ ਇਹ ਦੋ ਟਕੇ ਪਤਾ ਨੀ ਕਿਹੜੇ ਜਾਹਿਲ ਲੋਕਾਂ ਨੇ ਤੁਹਾਡੇ ਕੀਤੇ ਨੇ। ਨਿਕਲੋ ਬਾਹਰ, ਵਿਚਾਲੋ ਹਜ਼ੂਰ ਨੂੰ, ਵਿਚਾਲੋ ਖਾਲੀ ਇਹ ਗਲੇ ਫਾੜ ਕੇ ਤਕਰੀਰਾਂ ਕਰ ਲੈ ਨਾਲ ਤੇ ਮੈਂ ਨੀ ਅੱਜ ਤੱਕ ਸਮਝ ਪਾਇਆ ਕਿ ਕਿੰਨੇ ਕੁ ਤੁਸੀਂ ਮੂਮਿਨ ਬਣਾ ਲੈ ਰਹੇ। ਕਿਉਂ ਮਾਈ ਦੇ ਦੋਰ ਚ ਕੋਈ ਬਲੀ ਪੈਦਾ ਨਹੀਂ ਹੁੰਦਾ? ਇਸੇ ਵਜ੍ਹਾ ਤੋਂ, ਕਿਉਂਕਿ ਜ਼ੇਹਨਾਂ ਦੇ ਤਾਲੇ ਲੱਗੇ ਨੇ, ਜ਼ੇਹਨ ਤੁਹਾਡੇ ਜ਼ੰਗ ਲੁੰਦਾ ਨੇ। ਨਿਸਬਤ ਸੀ ਹਜ਼ਰਤ ਬਿਲਾਲ ਦੀ, ਸੈਯਦਨਾ ਬਿਲਾਲ ਦੀ ਹਜ਼ੂਰ ਨਾਲ, ਕਿ ਬਿਲਾਲ ਦੁਨੀਆ ਤੇ ਚੱਲੇ ਨੇ, ਹਜ਼ੂਰ ਜੰਨਤ ਚ ਕਦਮਾਂ ਦੀ। ਸਰਕਾਰ ਦਾ ਆਸ਼ਿਕ ਇੱਥੇ ਦਰੂਦ ਸ਼ਰੀਫ ਪੜ੍ਹੇ ਤੇ ਸਰਕਾਰ ਉੱਥੇ ਬਹਿ ਕੇ ਨਾ ਸੁਣੇ? ਹੋ ਹੀ ਨਹੀਂ ਸਕਦਾ। ਇੱਥੇ ਜਿਹੜਾ ਪੜ੍ਹੇਗਾ ਸਲਾਤੋ ਸਲਾਮ ਅਲੈਕਾ ਯਾ ਸਰਕਾਰ
ایز وہ رہتا ہی کہ پیسے ہوں میرے کو نہ ملال کو کی غریب سا نام حبشی سا تے شان دیکھو حضرت بلال اور رسی پڑھن گے امتیاں قافلہ ٹرے حضرت بلال اور رسی نو تھامن گے تے حضور دی اونٹنی چلے گی تے پیچھے پیچھے سی غریب فتوی دینا بند کرو وہ تو نماز نہیں پڑھی وہ تو اے نہیں کیتا تو کافر او ایسے کسے مجھے سرٹیفکیٹ دے نہیں آئے میری گفتگو دا مقصد تھڈے سینے اندر ہر عشق کے رسول کو اجاگر کرنا ہے میں بڑی نرم طبیعت دا مالک ہوں ٹھیک ہے جی میں فتوی دین نہیں آیا میرے کولو گلے پھاڑ کے نہ میرا انداز ہے الحمدللہ اس نے اڈے تری محفل ہوئی ہے اہی میرا انداز سی میرے عام مولویاں میں کی عادت نہیں کہ چار بات ویکھے تے فورن پوتر گئے لیکن ایسے بڑے ماشاءاللہ عظیم شان ہستیاں بیٹھی نے اے مولوی اعظم صاحب پیچھے بیٹھے تھے میں نکاح جیسا تے چھوٹے ویڑے چ کھلو کے آپ دا سلام میں سننا سا میں اج بھی سلام پڑھوانا ہے اے تے بڑے عظیم لوگ بیٹھے نے مولوی اعظم صاحب ابو جی نے مینوں کہا کہ مولوی اعظم صاحب مل گئے تو انہوں نے میرا سلام سرکار اج بھی یاد کرتے ہیں آپ کے کلام بے شک بے شک ساڈے کارنسان نے بالکل مسیح سے مولوی صاحب یاد مولوی اشرف صاحب بڑے عقیدت مند لوگ نے جڑے چند ایک دوسرے نے کیٹیگری دے لوگ نے انہاں دی گل کر رہے ہیں چار بندے ود ویکھ کے گلا پھاڑی نہیں ہوندا سرکار دا ذکر کرو آرام دے نال تاں بدلا کیڑی ہے تے جلد بات کی کڑی بے شک بے شک اگ بجھاندا ہے بکریا نے جانور نے جنت نہیں جانا اسی جانا ہے جنگلا واقعہ بھی سنا لگا اللہ تعالیٰ نے کہ طے کرنا ہے جنتی جہنمی کا میرے آقا و مولا نے غلام میں غلامہ دیا میرے والد صاحب کا ڈرائیور رہے ہیں ٹھیک ہے نا کتوں نہ کتوں نسبت نسبت ہونی بھی اپنے نال چاہیے جتنے تو سوا لاکھ گدیاں نے فیض حاصل عید کا شریف تے عالم نو عاشق نہ کنے کنے نے تو نام ہی نہیں آتے آتے وہ سب چورا شریف تو فیض لے گئے ساری نسبت تھی ماشاء اللہ مجمل پر گیا ہوں اگلا واقعہ سنو حضرت ویسے کرنی رضی اللہ تعالیٰ عنہ ایک حضور دے نال بڑی محبت تے عقیدت کرنے والے ساتھی سلام لیکن ظاہری طور پہ کدی آپ کو دیدار نہیں ہوئے یعنی دنیاوی لحاظ نہ جڑا سی ہے نا وان آن وان ملاقات وہ کدی نہیں ہوئی محبت دا اے عالم سی اے تو تمہیں بنا لگا کہ جو دو اوہد بیچ چنگی اوہد چنگ حضور دا دان والی شہید ہو گیا تے آپ کو حضرت ویس کر لوں نہیں پتا لگا کہ کیڑا دان شہید ہو گیا اس عقیدت اس محبت اپنے سارے دان توڑ لے کہ آپ میں نے سی پتا کہ کیڑا دان دوبارے شہید ہو گیا ٹھیک ہے ہم اس ہستی دا مقام دیکھو کہ میرے آقا و مولا حضرت محمد مصطفیٰ صلی اللہ علیہ وآلہ وسلم فرماتے ہیں عمر تے علی عبیس کو ملیو تے اُدھے کو دعا کروائے جڑے لوگ کہتے ہیں نا دعا مانا کچھ نہیں بندہ ہے انہاں واسطے واقعہ ہے بس نماز پڑھو حاجت ہے وہ زکات ہے وہ بھی اخنامہ کے جنت جاتے ہیں سرکار دی محبت نہیں نا سینے چاہے کل یاد رکھو کمیوں نکمیوں نکھٹوں کسے سہر تے نہیں لگو گئے ہاں بہت شوقی حضرت میں
ਤੇ ਮੁਤਲਕ ਹਜ਼ੂਰ ਨੇ ਹਜ਼ਰਤ ਉਮਰ ਤੇ ਹਜ਼ਰਤ ਅਲੀ ਨੂੰ ਫਰਮਾਇਆ ਕਿ ਉਮਰ ਤੇ ਅਲੀ ਅਵੈਸ ਕੋਲੋਂ ਦੁਆ ਕਰਵਾਇਓ। ਹੁਣ ਹਜ਼ਰਤ ਕਿੱਥੇ ਹਜ਼ਰਤ ਅਵੈਸ ਕਰਨ ਚ ਬੈਠੇ ਨੇ, ਠੀਕ ਹੈ, ਕਿੱਥੇ ਹਜ਼ੂਰ ਫਰਮਾ ਰਹੇ ਨੇ, ਯਾਨੀ ਹਜ਼ੂਰ ਆਪਣੇ ਗੁਲਾਮਾਂ ਨੂੰ ਦੂਰੋਂ ਦੂਰੋਂ ਜਾਣਦੇ। ਸ਼ਾਨ ਵੇਖੋ ਕਿ ਹਜ਼ੂਰ ਨੇ ਇੱਕ ਦਫਾ ਫਰਮਾਇਆ ਐ ਨੀ ਕਿ ਇੰਨੇ ਵੱਡੇ ਸਾਹਿਬ ਵੀ ਅਸੀਂ ਵਿਆਹ ਸਕੂਲ ਜਾਈਏ, ਕਹਿੰਦੇ ਨਾ ਅਸੀਂ ਇੰਨਾ ਵੱਡਾ, ਮੈਂ ਪੀਰਾਂ ਦਾ ਕਰੀਬੀ ਮੁਰੀਦ ਆ, ਮੈਂ ਥੱਲੜੇ ਨੂੰ ਆਕੜ ਤੇ ਅਨਾ ਨਹੀਂ ਹੋਣੀ ਚਾਹੀਦੀ। ਤਕਬਰ ਅੱਲਾਹ ਨੂੰ ਉਂਝ ਹੀ ਬਹੁਤ ਬੁਰਾ ਲੱਗਿਆ, ਠੀਕ ਹੋ ਗਿਆ, ਮੈਂ ਆਕੜ ਨਾ ਬੰਨੋ ਆਪਣੇ ਆਪ ਚੁੱਕ ਜਾਣਾ ਚਾਹੀਦਾ ਹੈ। ਹਜ਼ਰਤ ਉਮਰ ਜਦੋਂ ਖਲੀਫਾ ਬਣੇ ਤੇ ਆਪ ਹੱਜ ਤੇ ਅਕਸਰ ਜਾਂਦੇ ਸਨ, ਪਰ ਸਾਲ ਅਜ਼ਾਨ ਦਾ ਨੁਤਫਾ ਲੈ ਲਿਆ, ਮੈਂ ਸੁਬਾਹ ਤਕਰੀਰ ਸ਼ੁਰੂ।